ਦੇਖਣਾ ਚਾਹੁੰਦਾ ਜਦੋਂ ਮਰਜ਼ੀ ਆ ਜਾਣ, ਇੱਥੇ ਪੈ ਗਏ ਆਪਣੇ ਦੀ ਦੁਕਾਨ, ਜਦੋਂ ਮਰਜ਼ੀ ਆਣ ਇਕੱਲੇ ਵੀ ਦੇਖ ਲਾਂਗੇ, ਇੰਨੀ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ। ਬਾਕੀ ਇਹਨਾਂ ਦੇ ਜਿਹੜੇ ਹੁਣ ਇਹ ਕਿਸ਼ਨਪੁਰੇ ਦੇ ਹੈਗੇ ਆ, ਇਹ ਪਹਿਲੇ ਕਹਿੰਦੇ ਵੀ ਅਸੀਂ ਦਾਰੂ ਪੀਤੀ ਹੋਈ ਸੀਗੀ, ਦਾਰੂ ਪੀਣ ਤੋਂ ਬਾਅਦ ਇਹਨਾਂ ਨੂੰ ਹੁਣ ਪੈ ਰਹੀ ਸੀ ਤੋੜ। ਇਹ ਤੋੜ ਦੇ ਚੱਕਰ 'ਚ ਹੁਣ ਇਹਨਾਂ ਨੇ ਪਹਿਲੇ ਪੈਸੇ ਮੰਗਣੇ ਸਟਾਰਟ ਕੀਤੇ, ਜਦੋਂ ਦੇਖੇ ਨਹੀਂ ਪ੍ਰੋਪਰ ਹੋ ਰਹੇ ਫਿਰ ਇਹਨਾਂ ਨੇ ਫੋਨ ਖੋਣਾ ਸਟਾਰਟ ਕਰਤਾ। ਫੋਨ ਖੋ ਕੇ ਇਹ ਇੱਧਰ ਦੌੜ ਗਏ, ਇਹਨਾਂ ਨੂੰ ਨਹੀਂ ਪਤਾ ਸੀ ਗਲੀ ਸੀਗੀ ਬੰਦ। ਇੱਕ ਬੰਦਾ ਤਾਂ ਇਹਨਾਂ ਦਾ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਉਸ ਤੋਂ ਬਾਅਦ ਤਿੰਨ ਬੰਦੇ ਇੱਧਰ ਕਾਬੀ ਕੀਤੇ, ਫਿਰ ਵੀ ਉਹ ਜਿਹੜਾ ਕਹਿੰਦਾ ਸੀ ਮੈਨੂੰ ਪੁਲਿਸ ਨੇ 5 ਮਿੰਟ 'ਚ ਛੱਡ ਦੇਣਾ, ਅਤੇ ਇਹ ਫਿਰ ਉੱਥੋਂ ਦੀ ਹੱਥ ਉੱਤੋਂ ਛੁਡਾ ਕੇ ਭੱਜ ਗਿਆ। ਫਿਰ ਇਹਨੂੰ ਬੜਾ ਔਖਾ ਕਾਬੂ ਕਰਕੇ ਲਿਆਂਦਾ ਗਿਆ। ਫਿਰ ਐਂਡ 'ਚ ਜਾ ਕੇ ਹੁਣ ਪੁਲਿਸ ਨੂੰ ਬੁਲਾਇਆ ਵਾ, ਅਤੇ ਪੁਲਿਸ ਵੀ ਘੱਟੋ ਘੱਟ ਵੀ 20 ਮਿੰਟ ਬਾਅਦ ਜਾ ਕੇ ਆ ਗਈ। ਸੋ ਲਗਾਤਾਰ ਤੁਸੀਂ ਦੱਸ ਰਹੇ ਸੀਗੇ ਕਿ ਇਸ ਤੋਂ ਪਹਿਲੇ ਵੀ ਜਿਹੜਾ ਇਹੀ ਚਾਰੋ ਜਣੇ ਵਧਾਈ ਲੈਣ ਦੇ ਲਈ ਦੁਕਾਨਾਂ ਦੇ ਉੱਤੇ ਆਉਂਦੇ ਨੇ, ਕਦੀ ਦੀਵਾਲੀ ਤੇ ਆਉਂਦੇ, ਕਦੀ ਕਿਤੇ ਪਹਿਲੇ ਵੀ ਕਦੀ ਇੱਦਾਂ ਦੀ ਕੋਈ ਚੀਜ਼ ਇਹਨਾਂ ਨੇ ਹਾਦਸਾ ਕੋਈ, ਮਤਲਬ ਪਹਿਲੇ ਇਹ ਬੰਦੇ ਨਹੀਂ ਬਟ ਜਿਹੜੇ ਇਹਨਾਂ ਦੇ ਨਾਲ ਦੇ ਹੈਗੇ ਆ, ਕਦੀ ਕੁਛ ਚੱਕ ਕੇ ਲੈ ਗਏ, ਮੇਰੇ ਕੋਲ ਹੁਣ ਵੀ ਫੋਟੋਆਂ ਹੋਣੀਆਂ ਮੇਰੀ ਦੁਕਾਨ ਤੋਂ ਸਪੀਕਰ ਚੱਕ ਕੇ ਲੈ ਗਏ ਸੀਗੇ। ਮਤਲਬ ਕੁਛ ਨਾ ਕੁਛ, ਮਤਲਬ ਮੈਂ ਕਹਿ ਸਕਦਾ ਕਿ ਪਿਛਲੇ ਮਹੀਨੇ 'ਚ ਮੇਰੀ ਦੁਕਾਨ ਤੋਂ 3 ਚੀਜ਼ਾਂ 3 ਵਾਰੀ ਚੋਰੀ ਹੋ ਗਈ। ਹੁਣ ਐਪ ਕੀ ਜਾ ਕੇ ਇਹ ਪ੍ਰੋਪਰ ਕਾਬੂ ਆ। ਤੁਹਾਡੇ ਕਹਿੰਦਾ ਭਾਈ ਇਹੀ ਵਿਅਕਤੀ ਸੀ, ਇਹ ਨਹੀਂ ਕਹਿ ਸਕਦੇ ਇਹਨਾਂ ਦੇ ਨਾਲ ਦੇ ਹੋਣਗੇ, ਕਿਉਂਕਿ ਇਹਨਾਂ ਦਾ ਮਤਲਬ ਗਰੁੱਪ ਹੈ, ਪੂਰਾ ਗਰੁੱਪ ਹੈਗਾ। ਇਕੱਲਾ ਬੰਦਾ ਤਾਂ ਦੇਖੋ ਇੰਨਾ ਹੌਸਲਾ ਨਹੀਂ ਪੈ ਸਕਦਾ, ਤਾਂ ਪਹਿਲੇ ਵਾਰੀ 'ਚ ਤਾਂ ਕੋਈ ਇੰਨਾ ਹੌਸਲਾ ਹੋਊਗਾ। ਮਾਮਲਾ ਦੱਸ ਦਿਓ, ਕੀ ਕੰਟਰੋਲ ਰੂਮ ਤੇ ਫੋਨ ਆਇਆ ਸੀ ਇਹਨਾਂ ਵੱਲੋਂ? ਦਰਖਾਸਤ ਤੇ ਫੋਨ ਆ ਗਏ ਕਿ ਉੱਥੇ ਗਏ ਸੀਗੇ ਤੇ ਉਹਨਾਂ ਨੇ ਮਲਿਆਲੇ ਨੇ ਬੰਦੇ ਫੜ ਕੇ ਰੱਖੇ ਆ। ਅੱਛਾ, ਜਾ ਕੇ ਲੈ ਆਓ ਜੀ। ਇਸ ਤੋਂ ਬਾਅਦ ਸਾਨੂੰ ਤੇ ਹੁਣ ਥਾਣੇ ਲੈ ਕੇ ਚੱਲੇ ਨੂੰ, ਹਾਂਜੀ ਥਾਣੇ ਲੱਗ ਤਾ। ਜਿਹੜਾ ਫੋਨ ਇਹਨਾਂ ਕੋਲੋਂ ਇਹਨਾਂ ਨੇ ਬਰਾਮਦ ਸੀਗਾ, ਉਹ ਫੋਨ ਬਰਾਮਦ ਹੋਇਆ ਜਾਂ ਜਿਹੜਾ ਦੂਸਰਾ ਸਾਥੀ ਹੋ ਗਿਆ ਜੀ? ਹਾਂ, ਜਿਹੜਾ ਕੋਈ ਜਿਹੜਾ ਫੋਨ ਹੋ ਗਿਆ ਜੀ, ਜਿਹਨਾਂ ਨੂੰ ਦਿੱਤਾ ਉਹ ਮੁੰਡਿਆਂ ਨੂੰ ਬਰਾਮਦ ਮਿਲ ਗਿਆ ਜੀ, ਮਿਲ ਗਿਆ। ਦੱਸੋ ਕਿਤੇ ਉਸੇ ਟਾਈਮ ਫੋਨ ਬਰਾਮਦ ਕਰ ਦੱਸੋ ਕਿਹੜਾ ਸਰ ਕੀ ਨਾਮ ਹੈ, ਕਿੱਥੇ ਰਹਿਣ ਵਾਲਾ ਵਿਅਕਤੀ ਹੈ? ਫੋਨ ਜੀ ਕੁਝ ਦੱਸਿਆ ਇਹਨਾਂ ਨੇ ਕਿੱਥੇ ਦੇ ਰਹਿਣ ਵਾਲੇ ਆ ਜੀ? ਆਹ ਫੋਨ ਸੀ ਜੀ, ਇੱਥੋਂ ਦੇ ਰਹਿਣ ਵਾਲੇ ਆ, ਕਿਸ਼ਨਪੁਰੇ ਦੇ ਆ। ਕੋਈ ਨਸ਼ਾ ਵਗੈਰਾ ਵੀ ਕਰਦੇ ਆ ਜੀ? ਆਹ ਫੋਨ ਸੀਗਾ, ਚਾਰਜਿੰਗ ਤੇ ਲੱਗਾ ਪਿਆ ਸੀਗਾ, ਖੋ ਕੇ ਭੱਜੇ ਸੀਗੇ। ਦੇਖਣਾ ਚਾਹੁੰਦਾ ਜਦੋਂ ਮਰਜ਼ੀ ਆ ਜਾਣ, ਇੱਥੇ ਪੈ ਗਏ ਆਪਣੇ ਦੀ ਦੁਕਾਨ, ਜਦੋਂ ਮਰਜ਼ੀ ਆਣ ਇਕੱਲੇ ਵੀ ਦੇਖ ਲਾਂਗੇ, ਇੰਨੀ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ। ਬਾਕੀ ਇਹਨਾਂ ਦੇ ਜਿਹੜੇ ਹੁਣ ਇਹ ਕਿਸ਼ਨਪੁਰੇ ਦੇ ਹੈਗੇ ਆ, ਇਹ ਪਹਿਲੇ ਕਹਿੰਦੇ ਵੀ ਅਸੀਂ ਦਾਰੂ ਪੀਤੀ ਹੋਈ ਸੀਗੀ, ਦਾਰੂ ਪੀਣ ਤੋਂ ਬਾਅਦ ਇਹਨਾਂ ਨੂੰ ਹੁਣ ਪੈ ਰਹੀ ਸੀ ਤੋੜ। ਇਹ ਤੋੜ ਦੇ ਚੱਕਰ 'ਚ ਹੁਣ ਇਹਨਾਂ ਨੇ ਪਹਿਲੇ ਪੈਸੇ ਮੰਗਣੇ ਸਟਾਰਟ ਕੀਤੇ, ਜਦੋਂ ਦੇਖੇ ਨਹੀਂ ਪ੍ਰੋਪਰ ਹੋ ਰਹੇ ਫਿਰ ਇਹਨਾਂ ਨੇ ਫੋਨ ਖੋਣਾ ਸਟਾਰਟ ਕਰਤਾ। ਫੋਨ ਖੋ ਕੇ ਇਹ ਇੱਧਰ ਦੌੜ ਗਏ, ਇਹਨਾਂ ਨੂੰ ਨਹੀਂ ਪਤਾ ਸੀ ਗਲੀ ਸੀਗੀ ਬੰਦ। ਇੱਕ ਬੰਦਾ ਤਾਂ ਇਹਨਾਂ ਦਾ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਉਸ ਤੋਂ ਬਾਅਦ ਤਿੰਨ ਬੰਦੇ ਇੱਧਰ ਕਾਬੀ ਕੀਤੇ, ਫਿਰ ਵੀ ਉਹ ਜਿਹੜਾ ਕਹਿੰਦਾ ਸੀ ਮੈਨੂੰ ਪੁਲਿਸ ਨੇ 5 ਮਿੰਟ 'ਚ ਛੱਡ ਦੇਣਾ, ਅਤੇ ਇਹ ਫਿਰ ਉੱਥੋਂ ਦੀ ਹੱਥ ਉੱਤੋਂ ਛੁਡਾ ਕੇ ਭੱਜ ਗਿਆ। ਫਿਰ ਇਹਨੂੰ ਬੜਾ ਔਖਾ ਕਾਬੂ ਕਰਕੇ ਲਿਆਂਦਾ ਗਿਆ। ਫਿਰ ਐਂਡ 'ਚ ਜਾ ਕੇ ਹੁਣ ਪੁਲਿਸ ਨੂੰ ਬੁਲਾਇਆ ਵਾ, ਅਤੇ ਪੁਲਿਸ ਵੀ ਘੱਟੋ ਘੱਟ ਵੀ 20 ਮਿੰਟ ਬਾਅਦ ਜਾ ਕੇ ਆ ਗਈ। ਸੋ ਲਗਾਤਾਰ ਤੁਸੀਂ ਦੱਸ ਰਹੇ ਸੀਗੇ ਕਿ ਇਸ ਤੋਂ ਪਹਿਲੇ ਵੀ ਜਿਹੜਾ ਇਹੀ ਚਾਰੋ ਜਣੇ ਵਧਾਈ ਲੈਣ ਦੇ ਲਈ ਦੁਕਾਨਾਂ ਦੇ ਉੱਤੇ ਆਉਂਦੇ ਨੇ, ਕਦੀ ਦੀਵਾਲੀ ਤੇ ਆਉਂਦੇ, ਕਦੀ ਕਿਤੇ ਪਹਿਲੇ ਵੀ ਕਦੀ ਇੱਦਾਂ ਦੀ ਕੋਈ ਚੀਜ਼ ਇਹਨਾਂ ਨੇ ਹਾਦਸਾ ਕੋਈ, ਮਤਲਬ ਪਹਿਲੇ ਇਹ ਬੰਦੇ ਨਹੀਂ ਬਟ ਜਿਹੜੇ ਇਹਨਾਂ ਦੇ ਨਾਲ ਦੇ ਹੈਗੇ ਆ, ਕਦੀ ਕੁਛ ਚੱਕ ਕੇ ਲੈ ਗਏ, ਮੇਰੇ ਕੋਲ ਹੁਣ ਵੀ ਫੋਟੋਆਂ ਹੋਣੀਆਂ ਮੇਰੀ ਦੁਕਾਨ ਤੋਂ ਸਪੀਕਰ ਚੱਕ ਕੇ ਲੈ ਗਏ ਸੀਗੇ। ਮਤਲਬ ਕੁਛ ਨਾ ਕੁਛ, ਮਤਲਬ ਮੈਂ ਕਹਿ ਸਕਦਾ ਕਿ ਪਿਛਲੇ ਮਹੀਨੇ 'ਚ ਮੇਰੀ ਦੁਕਾਨ ਤੋਂ 3 ਚੀਜ਼ਾਂ 3 ਵਾਰੀ ਚੋਰੀ ਹੋ ਗਈ। ਹੁਣ ਐਪ ਕੀ ਜਾ ਕੇ ਇਹ ਪ੍ਰੋਪਰ ਕਾਬੂ ਆ। ਤੁਹਾਡੇ ਕਹਿੰਦਾ ਭਾਈ ਇਹੀ ਵਿਅਕਤੀ ਸੀ, ਇਹ ਨਹੀਂ ਕਹਿ ਸਕਦੇ ਇਹਨਾਂ ਦੇ ਨਾਲ ਦੇ ਹੋਣਗੇ,
ਪੂਰਾ ਗਰੁੱਪ ਹੈਗਾ ਕੱਲਾ ਬੰਦਾ ਤਾਂ ਦੇਖੋ ਇੰਨਾ ਹੌਸਲਾ ਨਹੀਂ ਪੈ ਸਕਦਾ ਤਾਂ ਪਹਿਲੇ ਵਾਰੀ ਚ ਤਾਂ ਕੋਈ ਇੰਨਾ ਹੌਸਲਾ ਹੋਊਗਾ ਮਾਮਲਾ ਦੱਸ ਦੋ ਕੀ ਕੰਟਰੋਲ ਰੂਮ ਤੇ ਫੋਨ ਆਇਆ ਸੀ ਕਿ ਇਹਨਾਂ ਵੱਲੋਂ ਦਰਖਾਸਤ ਤੇ ਫੋਨ ਆ ਗਏ ਕਿ ਉੱਥੇ ਗਏ ਸੀਗੇ ਤੇ ਉਹਨਾਂ ਨੇ ਮਲਿਆਲੇ ਨੇ ਬੰਦੇ ਫੜ ਕੇ ਰੱਖੇ ਆ ਅੱਛਾ ਜਾ ਕੇ ਲੈ ਆਓ ਜੀ ਕੋਈ ਨਸ਼ਾ ਵਗੈਰਾ ਵੀ ਕਰਦੇ ਆ ਜੀ ਫੋਨ ਸੀਗਾ ਚਾਰਜਿੰਗ ਤੇ ਲੱਗਾ ਪਿਆ ਸੀਗਾ ਖੋ ਕੇ ਭੱਜੇ ਸੀਗੇ